ਲੇਡੀਜ਼ ਐਂਡ ਜੈਂਟਲਮੈਨ, ਗੁੱਡ ਈਵਨਿੰਗ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਗਿਆਪਾਲ ਸਿੰਘ ਬਾਠ ਉਰਫ ਪਾਲ ਬਾਠ, ਮਾਈ ਟੀ ਵੀ ਸਟੂਡੀਓਜ਼ ਵਾਸ਼ਿੰਗਟਨ ਡੀ ਸੀ ਤੋਂ ਤੁਹਾਡਾ ਆਪਣਾ ਪ੍ਰੋਗਰਾਮ ਡੀ ਸੀ ਨਾਈਟ ਵਿਦ ਪਾਲ ਬਾਠ ਲੈ ਕੇ ਦਰ ਹਾਜ਼ਰ ਹੈ। ਔਰ ਅੱਜ ਸਟੂਡੀਓ 'ਚ ਅਮੈਰੀਕਾ ਦੀ ਫੇਰੀ 'ਤੇ ਪਹੁੰਚੇ ਪੰਜਾਬ ਤੋਂ ਸਰਦਾਰ ਹਰਦੀਪ ਸਿੰਘ ਲਾਡਾ ਮੌਜੂਦ ਨੇ, ਔਰ ਮੈਂ ਤੁਹਾਡੀ ਇਜਾਜ਼ਤ ਨਾਲ ਜਿਉਂ ਕਹਿਣਾ ਚਾਹੁੰਦਾ, ਬੋਥ ਵੈਲਕਮ ਟੂ ਅਮੈਰੀਕਾ ਐਂਡ ਵੈਲਕਮ ਟੂ ਮਾਈ ਟੀ ਵੀ ਸ਼ੋਅ। ਸੋ ਸਵਾਗਤ ਹੈ ਤੁਹਾਡਾ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਮਾਈ ਟੀ ਵੀ ਚੈਨਲ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਅੱਜ ਛੋਟੇ ਜਿਹੇ ਨਾ ਚੀਜ਼ ਨੂੰ ਸਭ ਦੁਨੀਆ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਦੇ ਸਨਮੁੱਖ ਹੋ ਕੇ ਆਪਣੇ ਛੋਟੇ ਜਿਹੇ ਸਟੇਟ ਪੰਜਾਬ ਦੀ ਕੁਛ ਜੋ ਸਮੱਸਿਆ ਜੋ ਗੱਲਾਂ ਉਹਨਾਂ ਨੂੰ ਰੱਖਣ ਦਾ ਮੌਕਾ ਸੁਭਾਗ ਪ੍ਰਾਪਤ ਹੋਇਆ, ਤਾਂ ਮੈਂ ਸਮੁੱਚੀ ਟੀਮ ਦਾ ਦੁਬਾਰਾ ਫਿਰ ਜੀ ਐਂ ਧੰਨਵਾਦ ਕਹਿੰਦਾ ਜੀ। ਧੰਨਵਾਦ ਸਾਡੇ। ਪਹਿਲੀ ਗੱਲ ਇਸ ਗੱਲ ਦੇ ਕਿ ਤੁਸੀਂ ਸਾਡੇ ਦੇਸ਼ ਪਧਾਰੇ ਹੋ, ਸੋ ਸਾਡੇ ਮਹਿਮਾਨ ਹੋ, ਤੁਹਾਡਾ ਹੱਕ ਹੈ ਇਸ ਟੀ ਵੀ 'ਤੇ ਹਰ ਪੰਜਾਬੀ ਦੇ ਨਾਲ ਗੱਲ ਕਰਨ ਦਾ। ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸਾਨੀ ਵੀ ਆਉਂਦੀ ਹੈ, ਖੇਤੀਬਾੜੀ ਵੀ ਆਉਂਦੀ ਹੈ, ਤੁਹਾਡੀ ਜ਼ਿੰਦਗੀ ਦੇ ਵਿੱਚ ਵਪਾਰਪਣਾ ਵੀ ਆਉਂਦਾ, ਬਿਜ਼ਨਸ ਵੀ ਆਉਂਦੀ ਹੈ, ਅਤੇ ਰਾਜਨੀਤੀ ਵੀ ਆਉਂਦੀ ਹੈ। ਸੋ ਵਾਈ ਡੋਂਟ ਯੂ ਗਿਵ ਅਸ ਅ ਲਿਟਲ ਬਰੀਫ, ਛੋਟੀ ਜਿਹੀ ਹਿਸਟਰੀ ਸਾਨੂੰ ਦੱਸ ਦਿਓ ਆਪਣੇ ਬਾਰੇ। ਜੀ, ਮੈਂ ਸ਼ੁਰੂਆਤੀ ਸਾਡੀ ਕਿਸਾਨੀ ਛੋਟੇ ਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ ਹੋਇਆ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਉਸ ਮੁਕਾਮ 'ਤੇ ਪਹੁੰਚਿਆ ਕਿ ਆਪਣੇ ਆਪ ਨੂੰ ਇਹ ਕਹਿਣ 'ਤੇ ਫਖਰ ਮਹਿਸੂਸ ਹੁੰਦਾ ਕਿ ਅੱਜ ਮੈਂ ਜਿਹੜੇ ਸਟੈਂਡ 'ਤੇ ਖੜਿਆ, ਮੇਰਾ ਬਹੁਤ ਵਧੀਆ ਸਟੈਂਡ ਹੈ, ਕਿਉਂਕਿ ਖੇਤੀ ਕਿਸਾਨੀ ਦੇ ਨਾਲ ਮੈਨੂੰ ਵਿਰਸੇ ਵਿੱਚ ਮੇਰੇ ਫਾਦਰ ਸਾਹਿਬ ਤੋਂ ਬਿਜ਼ਨਸ ਦਾ ਮਿਲਿਆ, ਜੋ ਕਿ ਅਸੀਂ ਆੜ੍ਹਤੀ ਜੋ ਕਹਾਉਂਦੇ ਹਾਂ ਉਹਦਾ ਕਾਰੋਬਾਰ ਅਸੀਂ ਕਰਦੇ ਹਾਂ। ਦੂਜਾ ਮੇਰੇ 'ਤੇ ਵਿਸ਼ੇਸ਼ ਤੌਰ 'ਤੇ ਸਾਡੇ ਜੋ ਅੱਜ ਕੱਲ੍ਹ ਪੰਜਾਬ ਗੌਰਮੈਂਟ ਸਰਕਾਰ ਹੈ, ਕੈਪਟਨ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀ ਵਾਈਫ, ਜੋ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ, ਸਾਡੇ MLA ਲੋਕਲ ਬਾਡੀ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ, ਅਤੇ ਸਰਦਾਰ ਮਦਨ ਲਾਲ ਕੰਬੋਜ ਜੀ MLA ਘਨੌਰ ਹਲਕੇ ਤੋਂ, ਇਹਨਾਂ ਦੇ ਆਸ਼ੀਰਵਾਦ ਨਾਲ ਮੈਨੂੰ ਅੱਜ ਪੰਜਾਬ ਦੇ ਅੰਦਰ ਸਕੱਤਰ ਦੇ ਅਹੁਦੇ 'ਤੇ ਵਿਜਮਾਨ ਕੀਤਾ ਗਿਆ ਹੈ, ਅਤੇ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਅਤੇ ਖੁਸ਼ ਮਹਿਸੂਸ ਕਰਦਾ ਕਿ ਮੈਨੂੰ ਵੱਖ ਵੱਖ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਉਹਨਾਂ ਵੱਲੋਂ ਜੋ ਸਮਾਂ ਦਿੱਤਾ ਗਿਆ, ਮੈਂ ਆਸ ਵੀ ਕਰਦਾ ਕਿ ਉਹਨਾਂ ਦਾ ਕੰਮਾਂ ਕਾਰਾਂ ਨੂੰ ਅੱਗੇ ਲੈ ਕੇ ਜਾ ਕੇ ਆਪਣੇ ਵੱਡਿਆਂ ਦੇ ਨਾਮ ਨੂੰ ਰੋਸ਼ਨ ਕਰ। ਪਿੰਡ ਦੀ ਸਰਪੰਚੀ ਜੀ, ਸਰਬਸੰਮਤੀ ਦੇ ਨਾਲ ਜੀ, ਤੁਸੀਂ ਪ੍ਰਧਾਨ ਹੋ ਰਾਜਪੁਰਾ ਆੜ੍ਹਤੀ ਐਸੋਸੀਏਸ਼ਨ ਦੇ, ਉਹ ਵੀ ਸਰਬਸੰਮਤੀ ਨਾਲ ਤੁਹਾਨੂੰ ਦੂਸਰੀ ਵਾਰੀ ਇਸੇ ਮਹੀਨੇ ਮਿਲੀ ਹੈ, ਉਹਦੇ ਨਾਲ ਤੁਸੀਂ ਸਕੱਤਰ ਹੋ ਕਾਂਗਰਸ ਦੇ। ਅੱਜ ਆਪਾਂ ਫੋਕਸ ਕਰਾਂਗੇ ਸਿਰਫ ਤੁਹਾਡੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ, ਕਿਉਂਕਿ ਕਿਸਾਨ ਦਾ ਕੰਮ ਹੈ ਖੇਤੀ ਉਗਾਉਣਾ, ਆੜ੍ਹਤੀ ਦਾ ਕੰਮ ਹੈ ਉਹਨੂੰ ਸੰਭਾਲਣਾ, ਅਤੇ ਸਰਕਾਰ ਦਾ ਕੰਮ ਹੈ ਦੋਨਾਂ ਦਾ ਖਿਆਲ ਰੱਖਣਾ। ਤੁਸੀਂ ਪ੍ਰਧਾਨ ਹੋ, ਸਾਨੂੰ ਥੋੜ੍ਹਾ ਜਿਹਾ ਸਕੇਪ ਰੂਪ ਦੱਸੋ ਵੀ ਤੁਹਾਡੇ ਪ੍ਰਧਾਨ ਹੋਣਾ ਜ਼ਰੂਰੀ ਹੈ ਉੱਥੇ? ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਕਿ ਐਵੇਂ ਆਪਣੀ ਇੱਕ ਸ਼ਾਖਾ ਜੀ ਬਣਾਉਣ ਲਈ, ਨਾ ਬਣਾਉਣ ਲਈ ਇਹ ਜਿਹੜੀਆਂ ਤੁਸੀਂ ਐਸੋਸੀਏਸ਼ਨ ਖੜ੍ਹੀਆਂ ਕਰਦੇ ਹੋ, ਜਾਂ ਵਾਕਈ ਇਹਦੀ ਉੱਥੇ ਲੋੜ ਹੈਗੀ ਹੈ? ਮਾਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਲੋਕ ਅੱਜ ਚੰਮ ਨੂੰ ਨਹੀਂ ਦੇਖਦੇ, ਕੰਮ ਨੂੰ ਦੇਖਦੇ ਹੈ। ਆਹ, ਕੀ ਬਾਤ ਹੈ, ਚੰਮ ਨੂੰ ਨਹੀਂ ਦੇਖਦੇ, ਕੰਮ ਨੂੰ ਦੇਖਦੇ, ਵਿਚ ਇਜ਼ ਗੁੱਡ ਟੂ ਹੇਅਰ। ਮੈਨੂੰ ਜਦੋਂ ਪ੍ਰਾਪਤ ਹੋਈ ਪਿੰਡ ਦੀ ਸਰਪੰਚੀ, ਬੜੇ ਫਖਰ ਨਾਲ ਕਹਿ ਸਕਦਾ ਕਿ ਮੇਰੇ ਵਿਰੋਧ ਦੇ ਵਿੱਚ ਇੱਕ ਵੀ ਸ਼ਖਸ ਨਹੀਂ ਬੋਲਣਾ ਸੀਗਾ। ਉਸ ਤੋਂ ਬਾਅਦ ਪ੍ਰਧਾਨਗੀ ਮੰਡੀ ਦੀ ਆਈ ਹੈ, ਉਹਦੇ 'ਚ ਵੀ ਬੜੀ ਸੰਮਤੀ ਦੇ ਨਾਲ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਮੈਨੂੰ ਅਪੁਆਇੰਟ ਕੀਤਾ ਹੈ। ਅਤੇ ਹੁਣ 2 ਸਾਲਾਂ ਦੇ ਵਿੱਚ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਆਪਣਾ ਨਾਮ ਚਮਕਾਉਣ ਦੇ ਮਾਰੇ ਜਥੇਬੰਦੀਆਂ ਤਾਇਨਾਤ ਕਰ ਦਿੱਤੀਆਂ ਜਾਂਦੀਆਂ, ਇਹ ਨਹੀਂ ਹੈਗਾ। ਜਿਹੜਾ ਕਾਰੋਬਾਰ ਹੁੰਦਾ ਇਹਦੇ ਵਿੱਚ ਕਈ ਔਖੜਾਂ ਕਈ ਉੜਕਣਾਂ ਆਉਂਦੀਆਂ, ਕਿਉਂਕਿ ਸਰਕਾਰ ਆਪਣੇ ਸਮੇਂ ਸਿਰ ਪੋਲਸੀਆਂ ਬਣਾਉਂਦੀ ਰਹਿੰਦੀ ਹੈ, ਉਹਨਾਂ ਨੂੰ ਅੱਗੇ ਜਾ ਕੇ ਲਾਗੂ ਕਰਨਾ ਅਤੇ ਉਹਨਾਂ ਦੇ ਉੱਤੇ ਤੌਰ ਤਰੀਕਿਆਂ ਦੇ ਉੱਤੇ ਚਲਾਉਣਾ ਬਹੁਤ ਔਖੀ ਗੱਲ ਹੁੰਦੀ ਹੈ ਜੀ, ਕਿਉਂਕਿ ਸਰਕਾਰ ਪੋਲਸੀਆਂ ਬਣਾ ਦਿੰਦੀ ਹੈ, ਜਿਹੜੀ ਆਫਿਸਰ ਲੌਬੀ ਹੈ ਇਹ ਉਹਨੂੰ ਸਹੀ ਤਰੀਕੇ ਨਾਲ ਅੱਗੇ ਨਹੀਂ ਜਾਣ ਦਿੰਦੀ। ਸੋ ਸਾਡਾ ਸਵਾਲ ਇਹ ਹੁੰਦਾ, ਜੇ ਡੰਡੇ ਦੇ ਨਾਲ ਨਹੀਂ ਤੁਹਾਨੂੰ ਇਹ ਪ੍ਰਧਾਨਗੀਆਂ ਮਿਲੀਆਂ, ਸੋ ਓਬਵੀਅਸਲੀ ਤੁਹਾਡੇ ਕੰਮ ਕਾਰ ਕਰਕੇ ਮਿਲੀਆਂ, ਤੁਹਾਡੇ ਸਹਿਚਾਰ ਕਰਕੇ ਲੋਕਾਂ ਤੋਂ ਇਹ ਤੁਹਾਨੂੰ ਨਸੀਬ ਹੋਈ ਹੈ ਪ੍ਰਧਾਨਗੀ, ਪਰ ਗੱਲ ਇੱਥੇ ਕਰਨ ਦੀ ਹੈ ਕਿ ਉਹ ਕੀ ਚੀਜ਼ ਹੈ ਜਿਹੜੀ ਤੁਸੀਂ ਡਿਫਰੈਂਟ ਕਰਦੇ ਹੋ ਤਾਂ ਜੋ ਲੋਕ ਤੁਹਾਨੂੰ ਇੰਨਾ ਪਿਆਰ ਦੇ ਰਹੇ ਨੇ? ਮੈਂ ਸਿਰਫ ਉਹ ਜਾਣਨਾ ਚਾਹੁੰਦਾ ਕਿ ਉਹ ਕਿਹੜਾ ਸਮਥਿੰਗ ਡਿਫਰੈਂਟ ਜਿਹੜੀ ਤੁਸੀਂ ਕੀਤੀ ਜਿਹਦੇ ਕਰਕੇ ਤੁਹਾਨੂੰ ਲੋਕ ਇੰਨਾ ਪਿਆਰ ਕਰ ਰਹੇ ਨੇ? ਬਾਠ ਸਾਹਿਬ, ਇੱਦਾਂ ਹੈ ਜੀ, ਦੇਖੋ ਹੁਣ
ਸ਼ੁਰੂਆਤ ਸਰਪੰਚੀ ਤੋਂ ਤੁਸੀਂ ਕਰੋ ਪਹਿਲਾਂ ਜੀ। ਪਿੰਡਾਂ 'ਚ ਆਮ ਅਕਸਰ ਸਾਡੇ ਦੇਖਣ ਨੂੰ ਆਉਂਦੀ ਹੈ ਕਿ ਸਰਕਾਰ ਗਰਾਂਟਾਂ ਜਾਰੀ ਕਰਦੀ ਹੈ, ਉਹਦੇ 'ਚ ਹਰੇਕ ਲੈਵਲ ਦੇ ਉੱਪਰ ਕਪੜੇਬਾਜ਼ੀਆਂ ਹੁੰਦੀਆਂ, ਇਹ ਤਾਂ ਵਿਊਰਸ ਨੂੰ ਜੀ। ਅਤੇ ਦੂਜਾ, ਉਹ ਤੋਂ ਬਾਅਦ ਅਸੀਂ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਪਾਰਦਰਸ਼ੀ ਤਰੀਕੇ ਨਾਲ ਹਰੇਕ ਕੰਮ ਕਰਕੇ ਆਪਣੇ ਪਿੰਡ ਨੂੰ ਅੱਜ ਤੁਸੀਂ ਜਾ ਕੇ ਪੁੱਛ ਸਕਦੇ ਹੋ। ਹੁਣ ਜੂਨ ਜੁਲਾਈ ਦੇ ਵਿੱਚ ਇਲੈਕਸ਼ਨ ਡਿਊਜ਼ ਨੇ, ਅਤੇ ਮੈਨੂੰ ਪਿੰਡ ਦੇ ਫਿਰ ਕਹਿੰਦੇ ਆ, ਲੇਕਿਨ ਮੈਂ ਕਾਫੀ ਬਿਜ਼ੀ ਹੋਣ ਕਾਰਨ ਮੈਂ ਉਹਦੇ ਤੋਂ ਥੋੜ੍ਹਾ ਪਿੱਛੇ ਖਿੱਚ ਰਿਹਾ ਆਪਣਾ, ਲੇਕਿਨ ਪਿੰਡ ਦੇ ਹੱਲ ਵੀ ਉਹ ਚੀਜ਼ ਨੂੰ ਚਾਹੁੰਦੇ। ਦੂਜਾ ਆ ਜਾਂਦਾ ਆੜ੍ਹਤੀ ਐਸੋਸੀਏਸ਼ਨ ਦੀ, ਇਹਦੇ 'ਚ ਮਾਠ ਸਾਹਿਬ ਫੰਡ ਕੀ ਬਹੁਤ ਜ਼ਿਆਦਾ ਸਾਨੂੰ ਨਾ ਆਉਂਦੇ ਆ ਆਲੇ ਦੁਆਲੇ, ਜਿੱਦਾਂ ਵੀ ਲਾ ਲਓ ਤੁਹਾਡੇ ਜ਼ਰੀਏ ਤਰੀਕਿਆਂ ਦੇ ਨਾਲ, ਜੇ ਸਰਪੰਚ ਸਰਪੰਚੀ ਲੱਖਾਂ ਦੇ ਮੁਤਾਬਕ ਕਰੋੜਾਂ 'ਚ ਆਉਂਦੀ ਹੈ, ਕਰੋੜਾਂ 'ਚ ਆਉਂਦੀ ਹੈ। ਵਾਹ। ਉਹਦੇ ਕਾਰਨ ਇਹ ਹੁੰਦੇ ਆ ਜੀ ਕਿ ਇਹਦੇ 'ਚ ਕਰਪਸ਼ਨ ਬਹੁਤ ਜ਼ਿਆਦਾ, ਜਦੋਂ ਮੈਂ 2 ਸਾਲ ਪਹਿਲਾਂ ਆਇਆ ਇਹਦੇ ਵਿੱਚ ਇੰਨਾ ਕੁ ਬੋਲਬਾਲਾ ਸੀ ਕਰਪਸ਼ਨ ਦਾ ਕਿ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਸੀ ਕਿ ਮੈਂ ਇਹਨੂੰ ਠੀਕ ਕਰ ਪਾਵਾਂਗਾ ਕਿ ਨਹੀਂ, ਲੇਕਿਨ ਮੇਰੇ ਇੱਕ ਮਨ ਦੇ ਵਿੱਚ ਜਿਹੜੀ ਚੀਜ਼ ਲੈ ਕੇ ਮੈਂ ਤੁਰਿਆ ਸੀ, ਮੇਰੇ ਜਜ਼ਬਾ ਸੀ, ਮੇਰੇ 'ਚ ਹੌਸਲਾ ਸੀ, ਦੂਜਾ ਮੈਨੂੰ ਪਿੱਛੋਂ ਮੇਰੇ ਸਰਕਾਰ ਦੇ ਮੇਰੇ MLA ਅਤੇ ਮੇਰੇ ਉਹਨਾਂ ਥਾਪੜਾ ਸੀ ਕਿ ਕਰਪਸ਼ਨ ਦੇ ਵਿਰੁੱਧ ਤੂੰ ਲੜਾਈ ਲੜਨੀ ਹੈ। ਤੋ ਮੈਂ ਹੌਸਲਾ ਕਰਕੇ ਇੰਨਾ ਕਿ ਜਦੋਂ ਆਫਿਸਰ ਲੋਬੀ ਨੇ ਦੇਖਿਆ ਕਿ ਇਹਦੇ ਵਿੱਚ ਕੋਈ ਇਹ ਮੁੜਨ ਵਾਲੀ ਚੀਜ਼ ਨਹੀਂ ਹੈਗੀ, ਅੱਜ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਉਹਨੂੰ ਬਹੁਤ ਲੋਅਰ ਲੈਵਲ 'ਤੇ ਲੈ ਕੇ ਆਇਆ। ਲੇਕਿਨ ਮੇਰਾ ਹੁਣ ਦੂਜੀ ਮੇਰਾ ਟਰਮ ਸ਼ੁਰੂ ਹੋਈ ਹੈ, 31 ਫਰਵਰੀ ਇਲੈਕਸ਼ਨ ਸੀਗੀ, ਉਹਦੇ ਵਿੱਚ ਉੱਦਾਂ ਹੀ ਹੋਇਆ। ਮੈਂ ਵਾਅਦਾ ਕੀਤਾ ਉਹਨਾਂ ਨਾਲ ਕਿ ਜੋ ਵੀ ਛੋਟੀ ਮੋਟੀ ਕੋਈ ਕਮੀ ਮੇਰੇ ਉਹਦੇ 'ਚ ਰਹੀ ਹੈ ਮੈਂ ਉਹਨੂੰ ਦੂਰ ਕਰਕੇ, ਕਰਪਸ਼ਨ ਦੇ ਮੈਂ ਸਪੈਸ਼ਲੀ ਮੈਂ ਉਹਦੇ ਖਿਲਾਫ ਹੋਇਆ। ਅਤੇ ਅੱਜ ਮੈਨੂੰ ਆਪਣੇ ਆਪ ਕਹਿਣ ਦੇ, ਤੁਸੀਂ ਜੇ ਕਿਸੇ ਨੂੰ ਵੀ ਕਰਕੇ ਪੁੱਛ ਸਕਦੇ ਹੋ ਕਿ ਕਰਪਸ਼ਨ ਦੇ ਮੈਂ ਬਿਲਕੁਲ ਖਿਲਾਫ ਹਾਂ, ਨਾ ਕਿ ਲੋਕਲ MLAs ਮੇਰੇ ਅਤੇ ਉੱਪਰ ਜੋ ਸਰਕਾਰ ਦੇ ਇੰਸਟਰਕਸ਼ਨਸ ਨੇ ਕੈਪਟਨ ਸਾਹਿਬ ਦੀਆਂ ਉਹਨਾਂ ਦੇ ਚੱਲਦੇ ਹੋਏ ਮੈਂ ਉਹਨੂੰ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਬਿਲਕੁਲ ਖਤਮ ਕੀਤਾ ਜਾਏ। ਅਤੇ ਅੱਜ ਆਫਿਸਰ ਵੀ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਹਾਂ ਕਿ ਨਹੀਂ ਇਹ ਠੀਕ ਹੈ। ਮੈਂ ਕਰਪਸ਼ਨ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਕਹਿੰਦੇ ਸਰਕਾਰ ਪੋਲਿਸੀਜ਼ ਜਿਹੜੀਆਂ ਬਣਾਉਂਦੀਆਂ ਨੇ, ਆਮ ਜੱਟ ਉਹਦੇ ਤੱਕ ਉਹ ਪੋਲਿਸੀਜ਼ ਨਹੀਂ ਪਹੁੰਚਦੀਆਂ, ਸੋ ਸਮਵੇਅਰ ਪੋਲਿਸੀ ਤੋਂ ਲੈ ਕੇ ਆੜ੍ਹਤੀ ਐਸੋਸੀਏਸ਼ਨ ਜਿਹੜੀ ਹੈ ਅਤੇ ਕਿਸਾਨਾਂ ਤੱਕ, ਉਹਦੇ ਵਿੱਚ ਕੋਈ ਨਾ ਕੋਈ ਗੈਪ ਤਾਂ ਰੱਖਦਾ ਹੋਏਗਾ ਕੋਈ ਨਾ ਕਿਤੇ ਨਾ ਕਿਤੇ, ਤਾਂ ਜੋ ਆਪਣਾ ਉਹ ਦੇਖੋ ਵਟਸਐਪ ਇਹਦੇ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਾ, ਜਿਹੜੀ ਸਾਡੀ ਆਫਿਸਰ ਲੋਬੀ ਹੈ ਇਹਦੇ ਵਿੱਚ ਹਰੇਕ ਸਿਸਟਮ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਦੇ 'ਚ ਆਫਿਸਰ ਲੋਬੀ ਹੁੰਦੀ ਹੈ, ਅੱਛੇ ਆਫਿਸਰ ਵੀ ਸਾਡੇ ਦਰਮਿਆਨ ਨੇ, ਕੁਛ ਐਸੇ ਆਫਿਸਰ ਵੀ ਹੈਗੇ ਜਿਹੜੇ ਸਹੀ ਤਰੀਕੇ ਨਾਲ ਉਹ ਪੋਲਿਸੀਜ਼ ਅੱਗੇ ਨਹੀਂ ਜਾਣਦੇ ਦੇਣੀ ਚਾਹੁੰਦੇ ਆਮ ਕਿਸਾਨਾਂ ਤੱਕ, ਆਮ ਆੜ੍ਹਤੀ ਐਸੋਸੀਏਸ਼ਨਾਂ ਵੱਲ। ਤਾਂ ਸਾਡੇ ਵੱਲੋਂ ਪਿੱਛੇ ਜਦੋਂ ਸਰਕਾਰ ਚੇਂਜ ਹੋਈ ਹੈ, ਸਾਡੀ ਸਭ ਤੋਂ ਵੱਡਾ ਉਪਰਾਲਾ ਰਿਹਾ CM ਸਾਹਿਬ ਨਾਲ, ਅਸੀਂ 3-4 ਵਾਰੀ ਮੀਟਿੰਗਾਂ ਕਰ ਚੁੱਕੇ ਹਾਂ ਐਜੂਕੇਸ਼ਨ ਦੇ ਲੈਵਲ ਦੇ ਉੱਤੇ ਪੋਲਿਸੀਜ਼ ਸਪੈਸ਼ਲੀ। ਹੁਣ ਅਗਲੇ ਤੁਸੀਂ ਚੇਂਜ ਦੇਖੋਗੇ, ਤੁਸੀਂ TV ਚੈਨਲਾਂ ਦੇ ਵਿੱਚ ਵੀ ਅਤੇ ਅਲੱਗ ਅਲੱਗ ਪੇਪਰਾਂ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਹਰੇਕ ਪੋਲਿਸੀਜ਼ ਬੜੀ ਸਰਲ ਤਰੀਕੇ ਨਾਲ ਅਤੇ ਤਰੀਕੇ ਨਾਲ ਲੋਕਾਂ ਨਾਲ ਪਹੁੰਚਾਈ ਜਾਊਗੀ ਜੀ। ਆਪਾਂ ਬ੍ਰੇਕ 'ਤੇ ਜਾਂਦੇ ਹਾਂ, ਲੇਕਿਨ ਬ੍ਰੇਕ ਜਾਣ ਤੋਂ ਬਾਅਦ ਮੇਰਾ ਸਵਾਲ ਤੁਹਾਨੂੰ ਹੁਣੇ ਮੈਂ ਦੱਸ ਦਿੰਦਾ ਕਿ ਸਾਨੂੰ ਇੱਕ ਘੱਟ ਤੋਂ ਘੱਟ ਉਦਾਹਰਨ ਚਾਹੀਦੀ ਹੈ ਜਿਹੜੀ ਇਸ ਚੀਜ਼ ਨੂੰ ਸਪਸ਼ਟ ਕਰ ਸਕੇ ਕਿ ਤੁਹਾਡਾ ਉਪਰਾਲਾ ਹੀ ਜਿਹੜਾ ਜਿਹਦੇ ਕਰਕੇ ਰਿਸ਼ਵਤ ਕੱਢੀ ਹੈ। ਸੋ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਇਸ ਸਵਾਲ ਦਾ ਜਵਾਬ ਵੀ ਲਵਾਂਗੇ ਆਪਾਂ ਸਰਦਾਰ ਹਰਦੀਪ ਸਿੰਘ ਲਾਡਾ ਜੋ ਕਿ ਪੰਜਾਬ ਤੋਂ ਚੇਚੇ ਤੌਰ 'ਤੇ ਅਮਰੀਕਾ ਪਹੁੰਚੇ ਨੇ। ਸੋ ਪਲੀਜ਼ ਸਟੇ ਵਿਦ ਅਸ, ਵੀਲ ਬੀ ਰਾਈਟ ਬੈਕ। ਮਾਈ ਨੇਮ ਇਜ਼ ਕੁਲਦੀਪ ਗਿੱਲ, ਆਮ ਬ੍ਰੋਕਰ ਆਫ ਸਕਾਈ ਰਿਅਲਟੀ। ਦਾ ਰੀਜ਼ਨ ਵੀ ਆਰ ਸੋ ਸਕਸੈਸਫੁਲ ਬਿਕੋਜ਼ ਕਲਾਇੰਟ ਟਰਸਟ ਅਸ। I've been doing this my whole life. My team is my wife, my office manager, and my agents. We look forward to earn your business and we do speak your language. Thank you. Welcome back after the break. ਟੂ ਡੀ ਸੀ ਨਾਈ ਵਿਦ ਪਾਲ ਬਾਠ। ਮੈਂ ਪਾਲ ਬਾਠ ਔਰ ਮੇਰੇ ਨਾਲ ਸਰਦਾਰ ਹਰਦੀਪ ਸਿੰਘ ਲਾਡਾ ਜੋ ਚੇਚੇ ਤੌਰ 'ਤੇ ਪੰਜਾਬ ਤੋਂ ਆਪਣੀ ਪਹਿਲੀ ਅਮੈਰੀਕਾ ਦੀ ਫੈਰੀ 'ਤੇ ਆਏ ਨੇ, ਮਹਿਮਾਨ ਨੇ ਸਾਡੇ ਆਪਣੇ ਸਟੂਡੀਓ ਦੇ ਵਿੱਚ। ਔਰ ਲਾਡਾ ਸਾਹਿਬ, ਸਵਾਲ ਫਿਰ ਉਹੀ ਹੈ ਕਿ ਤੁਹਾਡਿਆਂ ਵੱਲੋਂ ਇੱਕ ਉਦਾਹਰਨ ਮੈਨੂੰ ਐਸਾ ਚਾਹੀਦਾ ਤਾਂ ਜੋ ਆਪਾਂ ਵਿਊਅਰਸ ਦਾ ਸਾਂਝਾ ਕਰ ਸਕੀਏ, ਜਿਹੜਾ ਇਹ ਦਰਸਾਉਂਦਾ ਹੋ ਕਿ ਤੁਹਾਡਾ ਉਪਰਾਲਾ ਹੀ ਕਾਰਨ ਬਣਿਆ ਉੱਥੇ ਕਰਪਸ਼ਨ ਠੱਲ ਪਾਉਣ ਦਾ। ਮਾਠ ਸਾਹਿਬ, ਉਦਾਹਰਨਾਂ ਬਹੁਤ ਨੇ, ਲੇਕਿਨ ਉਹਦੇ ਵਿੱਚ ਬਹੁਤ ਉਦਾਹਰਨਾਂ ਦੇ ਨਾਲ ਨਾਮ ਜੋੜੇ ਜਾਂਦੇ ਨੇ, ਲੇਕਿਨ ਮੈਂ ਕਿਸੇ ਦਾ ਨਾਮ ਨਾ ਜੋੜਦਾ ਹੋਇਆ, ਜਦੋਂ ਮੈਂ
ਇਹ ਕੁਰਸੀ ਦੇ ਉਹਦੇ 'ਤੇ ਬੈਠੇ ਹਾਂ, ਸਾਡੇ ਉੱਥੇ ਕੀ ਸੀਗਾ, ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਨਹੀਂ ਉਤਰਦਾ, ਛੋਟੀ ਮੋਟੀ ਕਮੀ ਕਿਤੇ ਨਾ ਕਿਤੇ ਰਹਿ ਜਾਂਦੀ ਹੈ। ਆਮ ਅਕਸਰ ਜਦੋਂ ਜ਼ਿਮੀਂਦਾਰ ਆਪਣੀ ਫਸਲ ਵੇਚਣ ਵਾਸਤੇ ਮੰਡੀਆਂ ਦੇ ਵਿੱਚ ਆਉਂਦੇ ਹੈ, ਉਹਨੂੰ ਤਾਰ ਕੇ ਉਹਨੂੰ ਆੜਤੀ ਨੂੰ ਆਪਣਾ ਕੰਮ ਕਰਨ 'ਚ 2-4 ਮਿੰਟ 5-4 ਮਿੰਟ ਲੱਗ ਜਾਂਦੇ ਆ। ਇਹੋ ਜਿਹੀਆਂ ਛੋਟੀ ਛੋਟੀਆਂ ਕਈ ਸਫਾਈ ਦੇ ਪੇਸ਼ੇ ਆ ਜਾਂਦੇ ਹੈ, ਜਾਂ ਜਿੱਦਾਂ ਲਾ ਲਓ ਤੁਸੀਂ ਉਹਦੀਆਂ ਮਟੀਰੀਅਲ ਵਾਈਜ਼ ਕੋਈ ਪੈਰਾਮੀਟਰ ਦੇ ਵਿੱਚ ਥੋੜ੍ਹੀ ਮੋਟੀ ਕਮੀ ਪੇਸ਼ੀ ਰਹਿ ਜਾਂਦੀ ਹੈ, ਉਹਨੂੰ ਆਧਾਰ ਬਣਾ ਕੇ ਸ਼ਾਮ ਨੂੰ 4-5 ਵਜੇ ਔਫਿਸਰ ਲੋਬੀ ਨੇ ਇਹੋ ਜਿਹੀ ਰੇਡ ਕਰਨੀ, ਲੋਕਾਂ ਦੀਆਂ ਬੁੱਕਸ ਚੱਕ ਲੈਣੀਆਂ, ਉਹਨਾਂ ਨੂੰ ਅਨ ਮੈਂਟਲੀ ਟੋਰਚਰ ਹੀ ਕਰਨਾ, ਇਹ ਕਰ ਦਿਉ। ਮਤਲਬ ਤੁਸੀਂ ਮਹਿਸੂਸ ਕਰੋਗੇ ਕਿ 1 ਮਹੀਨੇ ਦੇ ਵਿੱਚ ਸਾਡੀ ਰਾਜਪੁਰਾ ਅਨਾਜ ਮੰਡੀ ਨੂੰ 1 ਕਰੋੜ ਕੁਛ ਲੱਖ ਰੁਪਈਆ ਜੁਰਮਾਨਾ ਕੀਤਾ ਹੈ ਔਫਿਸਰ ਲੋਬੀ ਨੇ। ਲੇਕਿਨ ਜਦੋਂ ਮੈਂ ਆਇਆ ਉਹਨਾਂ ਨੇ ਉਹੀ ਰੂਟੀਨ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ 2 ਦਿਨ ਹੋਏ ਸੀਗੇ, ਲੇਕਿਨ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਗਰ ਮੈਨੂੰ ਸਮਾਂ ਦਿਉ, ਅਗਰ ਮੇਰਾ ਕੋਈ ਗਲਤ ਕੰਮ ਕਰਦਾ ਮੈਨੂੰ ਉਹਦੇ ਵਿੱਚ ਮਦਦ ਕਰੋ, ਮੈਂ ਇਹਨੂੰ ਰੋਕਾਂਗਾ। ਤੁਸੀਂ ਮੰਨੋਗੇ ਕਿ ਮੇਰੇ ਟਾਈਮ ਦੇ ਵਿੱਚ ਤੁਸੀਂ 5 ਰੁਪਏ ਜੁਰਮਾਨਾ ਨਹੀਂ ਦਿਖਾ ਸਕਦੇ, ਕਿਉਂਕਿ ਮੈਂ ਉਹਨੂੰ ਔਫਿਸਰ ਨੂੰ ਅਤੇ ਆਪਣੇ ਆੜਤੀ ਭਾਈਚਾਰੇ ਨੂੰ ਬਿਠਾ ਕੇ ਉਹਨਾਂ ਨੇ ਇੱਕ ਚੀਜ਼ ਕਹੀ ਹੈ ਕਿ ਗਲਤ ਕੰਮ ਨਾ ਮੈਂ ਕਰਾਂਗਾ ਨਾ ਮੈਂ ਕਰਨ ਦਿਆਂਗਾ, ਚਾਹੇ ਕੋਈ ਔਫਿਸਰ ਹੈ ਚਾਹੇ ਕੋਈ ਮੇਰਾ ਆਪਣਾ ਆੜਤੀ ਭਾਈ ਹੈ। ਇਸ ਕਰਕੇ ਜਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਸਾਫ਼ ਸੁਥਰੀ ਨੀਤੀ ਜਾਂ ਆਪਣੀ ਸਾਫ਼ ਸੁਥਰੀ ਛਵੀ ਨਹੀਂ ਲੈ ਕੇ ਜਾਂਦੇ, ਤੁਸੀਂ ਦੂਜਿਆਂ ਨੂੰ ਨਹੀਂ ਰੋਕ ਸਕਦੇ। ਪਟਿਆਲੇ 22 ਨੰਬਰ ਫਾਟਕ 'ਤੇ ਮੈਂ ਇੱਕ ਦੁਕਾਨ 'ਤੇ ਬੈਠਾ ਸੀ, ਦੁਕਾਨਦਾਰ ਮੇਰੇ ਦੋਸਤ ਮਿੱਤਰ ਨੇ, ਅਚਾਨਕ ਰੌਲਾ ਪੈ ਗਿਆ ਬਾਜ਼ਾਰ ਦੇ ਵਿੱਚ, ਅਤੇ ਜਿਹੜੀ ਤੁਸੀਂ ਮੈਂਸ਼ਨ ਕੀਤਾ ਕਿ ਉਹ 20 ਖਾਨੇ ਜਿਹਦੇ 'ਚੋਂ ਲਿਖਦੇ ਨੇ ਹਿਸਾਬ ਕਿਤਾਬ, ਚੱਕ ਕੇ ਲੈ ਗਏ। ਉਹ ਚੱਕ ਕੇ ਲੈ ਗਏ ਅਤੇ ਜਿਹੜਾ ਦੋਸਤ ਮੇਰਾ ਉਹ ਮੁਸਕਰਾ ਰਿਹਾ, ਅਤੇ ਮੈਂ ਉਹਨੂੰ ਪੁੱਛਿਆ ਕਿ ਹੁਣ ਕੀ ਹੋ ਗਿਆ, ਕਹਿੰਦਾ ਜੀ ਕੀ ਹੋਣਾ, ਜੇ ਅਸੀਂ ਹੁਣ ਇਹਨਾਂ ਤੋਂ ਡਰ ਗਏ ਤਾਂ ਪੈਸੇ ਵੱਧ ਦੇਣੇ ਪੈਣੇ ਨੇ, ਜੇ 4-5 ਦਿਨ ਵੱਧ ਰਹੇ ਨੇ ਆਪਣੇ ਆਪ ਹੀ ਸਾਡੇ ਕੋਲ ਆ ਕੇ ਸਾਡਾ ਸੌਦਾ ਕਰਕੇ ਅਤੇ ਆਪਾਂ ਥੋੜ੍ਹਾ ਲੈ ਜਾਣਾ। ਵਿੱਚ ਤੁਹਾਡੀ ਗੱਲ ਨੂੰ ਦਰਸਾਉਂਦਾ ਕਿ ਕਰਪਸ਼ਨ ਐਂ ਉੱਥੇ ਹੁੰਦੀ ਹੈ ਅਤੇ ਹੁੰਦੀ ਰਹੀ ਹੈ। ਲੇਕਿਨ ਮੈਂ ਤੁਹਾਨੂੰ ਵਟਸਐਪ 'ਤੇ ਕਹਿਣਾ ਚਾਹੁੰਦਾ ਕਿ ਜਦੋਂ ਤਾਂ ਪਿਛਲੀ ਸਰਕਾਰਾਂ ਦਾ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬੜਾ ਬੁਰਾ ਹਾਲ ਸੀ ਵਪਾਰ ਦਾ, ਕਿਸੇ ਵੀ ਕਾਰੋਬਾਰ ਦਾ, ਲੇਕਿਨ ਜਦੋਂ ਤੋਂ ਕੈਪਟਨ ਸਾਹਿਬ ਨੇ ਇਹ ਸਰਕਾਰ ਦਾ ਸਾਂਭਿਆ ਕਾਰਜਕਾਲ, ਉਹਨਾਂ ਦੀ ਕੋਸ਼ਿਸ਼ ਇਹੀ ਰਹੀ ਹੈ। ਉਹਨਾਂ ਵੱਲੋਂ ਆਪਣੇ ਫੋਨ ਨੰਬਰ, ਐਪਸ ਅਤੇ ਸਮੇਂ ਸਮੇਂ ਸਿਰ ਹਰੇਕ ਚੀਜ਼ ਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਮੈਂ ਕਰਪਸ਼ਨ ਨਹੀਂ ਕਰਨ ਦਿਆਂਗਾ, ਅਤੇ ਸਾਨੂੰ ਵੀ ਹੌਸਲਾ ਮਿਲਦਾ ਹੈ। ਅਤੇ ਅਸੀਂ ਉਹਦੇ ਨਾਲ ਹੀ ਸਾਰਿਆਂ ਨੂੰ ਇੱਕ ਚੀਜ਼ ਕਹਿਣੀ ਚਾਹੁੰਦੇ ਹਾਂ ਕਿ ਸਰਕਾਰ ਦੀਆਂ ਨੀਤੀਆਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ 'ਚ ਸਾਡੀ ਮਦਦ ਕਰੋ, ਤਾਂ ਕਿ ਸਮੇਂ ਸਿਰ ਸਹੀ ਹਰੇਕ ਬੰਦੇ ਨੂੰ, ਚਾਹੇ ਉਹ ਕਿਸਾਨੀ ਹੈ, ਚਾਹੇ ਉਹ ਆੜ੍ਹਤੀ ਹੈ, ਚਾਹੇ ਵਪਾਰੀ ਹੈ, ਚਾਹੇ ਕੁਛ ਹੈ, ਹਰੇਕ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ 'ਚ ਮਦਦ ਮਿਲੇ ਜੀ। ਅਫਸਰਸ਼ਾਹੀ ਨੂੰ ਮੈਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਕਹਿ ਦਿੰਦੇ ਜੀ ਅਫਸਰਸ਼ਾਹੀ ਬੜੀ ਕਰਪਟ ਹੈ, 100% ਕਰਪਟ ਤਾਂ ਨਹੀਂ ਹੋ ਸਕਦੀ। ਕੋਈ ਐਸੇ ਔਫਿਸਰ ਤੁਹਾਨੂੰ ਮਿਲੇ ਜਿਨ੍ਹਾਂ ਨੇ ਜੈਨੂਅਲੀ ਤੁਹਾਨੂੰ ਐਪਰੀਸ਼ੀਏਟ ਕੀਤਾ ਕਿ ਸਰ ਹਰਦੀਪ ਸਿੰਘ ਜੀ ਤੁਸੀਂ ਉਪਰਾਲਾ ਕਰ ਰਹੇ ਹੋ ਔਰ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਐਸੇ ਅਫਸਰ? ਬਿਲਕੁਲ ਜੀ, ਬਿਲਕੁਲ ਐਸੇ ਅਫਸਰ ਵੀ ਹੈਗੇ ਹੈ। ਲੇਕਿਨ ਜੋ ਕਿਸੇ ਨਹੀਂ ਕਰਦੇ ਵੀ ਮਾੜੀ ਇੱਕ ਨੀਤੀ ਚੱਲ ਜਾਂਦੀ ਹੈ ਉਹਨੂੰ ਸੁਧਾਰਨ ਵਾਸਤੇ ਕੁਛ ਤਾਂ ਸਮਾਂ ਲੱਗਦਾ ਹੈ ਨਾ, ਰਾਈਟ? ਸਾਡੀ ਇਹੀ ਹੁਣ ਕੋਸ਼ਿਸ਼ਾਂ ਹੈਗੀਆਂ ਕਿ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ, ਸਾਡੀ ਬਿਲਕੁਲ ਇਹੀ ਕੋਸ਼ਿਸ਼ ਹੈ ਸਰਕਾਰ ਦੀ ਵੀ ਅਤੇ ਸਾਡੀਆਂ ਵੀ, ਕਿਉਂਕਿ ਜਦੋਂ ਅਸੀਂ ਸਰਕਾਰ ਪੋਲਿਸੀ ਬਣਾਉਂਦੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਉਹਨੂੰ ਲਾਗੂ ਕਰਨਾ ਸਹੀ ਤਰੀਕੇ ਨਾਲ ਲੱਗ ਕੇ ਪਹੁੰਚਾਉਣਾ, ਇਹ ਵਿਚਲਾ ਜੋ ਲੇਵਲ ਹੁੰਦਾ ਉਹਨਾਂ ਨੇ ਪਹੁੰਚਾਉਣੀਆਂ ਹੁੰਦੀਆਂ। ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਦੇ ਅਫਸਰ ਵੀ ਸਾਡੇ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ, ਤਾਂ ਕਿ ਅਸੀਂ ਆਪਣਾ ਕਾਰੋਬਾਰ ਵੱਧ ਤਰੀਕੇ ਨਾਲ ਸਹੀ ਤਰੀਕੇ ਨਾਲ ਕਰ ਸਕੀਏ, ਕਿਉਂਕਿ ਅੰਨਦਾਤਾ ਕਿਸਾਨ ਹੈ, ਵਪਾਰੀ ਨੇ ਵਪਾਰ ਕਰਨਾ, ਸਰਕਾਰ ਤੱਕ ਟ੍ਰੇਡ ਦੀ ਕੰਮ ਚੱਲਦੀ ਹੀ ਹੈ, ਕਾਰੋਬਾਰ ਇਹ ਸਹੀ ਤਰੀਕੇ ਨਾਲ ਤਾਂ ਹੀ ਚੱਲੇਗਾ ਜੇ ਔਫਿਸਰ ਲੋਬੀ ਅਤੇ ਵਪਾਰੀ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਸਹੀ ਤਰੀਕੇ ਨਾਲ ਕੰਮ ਕਰਨ। ਤੁਸੀਂ ਪੰਜਾਬ ਦੀ ਪੂਰੀ ਜਿਹੜੀ ਆੜ੍ਹਤੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਵੀ ਹੋ ਜੀ, ਪਿੱਛੇ ਜੇ ਮੈਂ ਪੜ੍ਹਿਆ ਕਿ ਮਹਾਰਾਣੀ ਪਰਨੀਤ ਕੌਰ ਨੇ ਕਾਫੀ ਪੈਸਾ ਤੁਹਾਡੇ ਰਾਜਪੁਰਾ ਆੜ੍ਹਤ ਨੂੰ ਦਿੱਤਾ, ਕੀ ਇਹ ਦਰਸਾਉਂਦਾ ਤੁਹਾਡੀ ਨੇੜਤਾ ਮਹਾਰਾਣੀ ਪ੍ਰਤੀ, ਜਾਂ ਇਹ ਪੂਰੇ ਪੰਜਾਬ 'ਚ ਇਹ ਉਪਰਾਲਾ ਕੀਤਾ ਜਾ ਰਿਹਾ? ਦੇਖੋ ਪਾਠ ਸਾਹਿਬ, ਇਹ ਹੈ ਵੀ ਜਾਏਗਾ ਸਾਰੇ ਪੰਜਾਬ 'ਚ, ਲੇਕਿਨ ਕੁਛ ਨੇਤਰਤਾਵਾਂ ਲਾ ਲਓ, ਕੁਛ ਸਰਕਾਰ ਦੀ ਇਹ ਹੈ ਕਿ ਉੱਤੋਂ CM ਸਾਹਿਬ ਦਾ ਜ਼ਿਲ੍ਹਾ ਹੈ, ਲੇਕਿਨ ਇਹ ਨਹੀਂ ਹੈ ਉਹਨਾਂ ਨੇ ਹਰੇਕ ਜ਼ਿਲ੍ਹੇ ਨੂੰ ਦਿੱਤਾ ਹੈ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਪਿਛਲੀ ਸਰਕਾਰ ਦੇ ਅਤੇ ਇਸ ਸਰਕਾਰ ਦੇ ਸਮੇਂ ਦੇ ਵਿੱਚ ਜੋ ਅਲੱਗ ਚੀਜ਼ ਦੇਖਣ ਨੂੰ ਮਿਲੀ ਹੈ,
ਪਿਛਲੀ ਸਰਕਾਰਾਂ ਜਦੋਂ ਨੀਂਹ ਪੱਥਰ ਰੱਖ ਦਿੰਦੀਆਂ ਸੀਗੀਆਂ ਕੰਮ, ਉਹ ਅੱਜ ਤੱਕ ਇੱਦਾਂ ਹੀ ਖੜੇ ਆ। ਲੇਕਿਨ ਮੈਨੂੰ ਇਹ ਮਾਣ ਹੈ ਕਿ ਸਾਨੂੰ ਸਾਡੀ ਸਰਕਾਰ ਦੇ ਮਹਾਰਾਣੀ ਸਾਹਿਬ ਅਤੇ ਸਾਡੇ MLA ਸਾਹਿਬ ਹਨ, ਉਹਨਾਂ ਨੇ ਪਹਿਲਾਂ ਸਾਡੇ ਜਿਹੜੀਆਂ ਮਾਰਕੀਟ ਕਮੇਟੀਆਂ ਦੇ ਮੰਡੀਆਂ ਦੇ ਅਕਾਊਂਟਸ ਨੇ ਉਹਨਾਂ 'ਚ ਇਹਨਾਂ ਦਾ ਪੈਸਾ ਪਾ ਕੇ ਆ ਕੇ ਕੰਮ ਸ਼ੁਰੂ ਬਾਅਦ 'ਚ ਕਰਾਏ ਨੇ। ਅਨਫੋਰਚੁਨੇਟਲੀ ਤੁਹਾਡੇ ਨਾਲ ਤੁਹਾਡੇ ਵਿਰੋਧੀ ਭਾਈਚਾਰੇ ਦੇ ਅਤੇ ਅਕਾਲੀ ਦਲ ਬਾਦਲ ਅਤੇ ਦੂਜੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ। ਸੋ ਆਲ ਟੇਕ ਯੂ ਔਨ ਯੂਰ ਫੇਸ ਵੈਲਿਊ ਕਿ ਜੋ ਤੁਸੀਂ ਕਹਿ ਰਹੇ ਹੋ ਵਕਤ ਦੇ ਨਾਲ ਲੋਕਾਂ ਅੱਗੇ ਸਾਡੇ ਵਿਊਰਸ ਅੱਗੇ ਸਾਹਮਣੇ ਆ ਜਾਣਾ ਕਿ ਕਿੰਨਾ ਕਿੰਨੀ ਸੱਚਾਈ ਇਸ ਗੱਲ 'ਚ ਆਉਂਦੀ ਹੈ। ਸੋ ਮੈਂ ਉਹਦੇ 'ਤੇ ਕਿੰਤੂ ਪਰੰਤੂ ਨਹੀਂ ਕਰਨੀ ਚਾਹਾਂਗਾ। ਪਰ ਸਰਪੰਚੀ ਤੁਸੀਂ ਛੱਡਣ ਨੂੰ ਫਿਰਦੇ ਹੋ, ਮਹਾਰਾਣੀ ਸਾਹਿਬਾ ਤੁਹਾਡੇ ਕੋਲ ਆ ਕੇ ਐਡੇ ਵੱਡੇ ਜਿਹੜੇ ਰਾਸ਼ੀ ਆ ਉਹ ਤੁਹਾਡੇ ਜ਼ਰੀਆ ਲੋਕਾਂ ਕੋਲ ਪਹੁੰਚਾ ਰਹੇ ਨੇ। ਰਾਜਨੀਤੀ 'ਚ ਜਿਹੜਾ ਬੰਦਾ ਆ ਜਾਂਦਾ ਐਸਾ ਇੱਕ ਐਸਾ ਸਵਾਦ ਹੈ ਜਿੱਥੋਂ ਭੱਜ ਨਹੀਂ ਸਕਦਾ। ਬਲੰਟਲੀ ਕੁਐਸਚਨ ਪੁੱਛਦਾ ਔਰ ਆਪਣੇ ਵਿਊਜ਼ ਲਈ ਪੁੱਛਦਾ ਕਿ ਕੱਲ੍ਹ ਨੂੰ MLA ਜਾਂ MP ਦੀ ਟਿਕਟ ਦੇ ਚਾਹਵਾਨ? ਭੱਟ ਸਾਹਿਬ, ਮਨ ਦੀ ਇੱਛਾਵਾਂ ਹਰੇਕ ਦੀਆਂ ਹੁੰਦੀਆਂ, ਉਹੀ ਮੈਂ ਪੁੱਛ ਰਿਹਾ, ਉਹੀ ਕੱਢ ਦਿਓ। ਲੇਕਿਨ ਅੱਜ ਜਿਹੜੀ ਸਥਿਤੀ ਹੈ ਮੇਰੀ, ਮੇਰੇ ਅਤੇ ਮਹਾਰਾਣੀ ਸਾਹਿਬ ਦੀ, ਸਾਡੇ MLA ਹਰਦਿਆਲ ਸਿੰਘ ਕੰਬੋਜ ਜੀ ਹੈ, ਮਦਨ ਲਾਲ ਜਲਾਲਪੁਰ ਜੀ ਜੋ ਮੇਰੇ ਭਰਾ ਨੇ, ਬਹੁਤ ਅੱਛੇ ਸਾਡੇ ਸੰਬੰਧ ਨੇ। ਮੈਂ ਰੱਬ ਅੱਗੇ ਦੁਆ ਕਰਾਂਗਾ ਕਿ ਇਹ ਸੰਬੰਧ ਸਾਡੇ ਇੱਦਾਂ ਹੀ ਬਣੇ ਰਹਿਣ। ਅਤੇ ਸਮਾਂ ਬਲਵਾਨ ਹੈ ਜੀ, ਕਦੇ ਕੁਛ ਵੀ ਇੰਪੋਸੀਬਲ ਨਹੀਂ ਹੈ, ਪੋਸੀਬਲ ਹਰੇਕ ਬੰਦੇ ਨੂੰ ਲੈ ਕੇ ਚੱਲਣਾ ਚਾਹੀਦਾ। ਲੇਕਿਨ ਮੈਂ ਅੱਜ ਦੀ ਸਥਿਤੀ 'ਤੇ ਸੰਤੁਸ਼ਟ ਹਾਂ ਕਿ ਮੈਨੂੰ ਉਹਨਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ। ਮੈਂ ਆਸ ਕਰਦਾ ਕਿ ਇਹ ਸਹਿਯੋਗ ਸਾਡਾ ਅੱਗੇ ਵੀ ਇੱਦਾਂ ਹੀ ਚੱਲਦਾ ਰਹੇਗਾ। ਚਲੋ, ਜਿਵੇਂ ਕਿ ਰਾਜਨੀਤੀ ਵਾਲੇ ਕਈ ਦਰਵਾਜ਼ਾ ਬੰਦ ਨਹੀਂ ਕਰਦੇ, ਫਿਰ ਵੀ ਤੁਸੀਂ ਜਾਂਦੇ ਜਾਂਦੇ ਉਹ ਖੁੱਲ੍ਹਾ ਛੱਡ ਹੀ ਦਿੱਤਾ। ਜੇ ਆਪਣੇ ਏਰੀਏ 'ਚ ਨਹੀਂ ਤਾਂ ਕਿਤੇ ਹੋਰ ਵੀ ਸੇਵਾ ਤੁਹਾਨੂੰ ਮਿਲ ਸਕਦੀ ਹੈ ਤੁਹਾਡੇ ਕੰਮ ਕਾਰ 'ਤੇ। ਜ਼ਿਆਦਾ ਸਮਾਂ ਨਹੀਂ ਲਵਾਂਗਾ ਜੀ ਤੁਹਾਡੇ ਸਾਰਿਆਂ ਦਾ। ਸਰਦਾਰ ਹਰਦੀਪ ਸਿੰਘ ਲਾਡਾ ਨੂੰ ਜੀ ਆਇਆਂ ਕਹਿਣਾ ਸੀ ਅਮੈਰੀਕਾ ਦਾ, ਆਪਣੇ ਨਿੱਜੀ ਕਾਰਜ ਲਈ ਇੱਥੇ ਪਹੁੰਚੇ ਨੇ। ਸਾਡੇ ਵੱਲੋਂ ਪੂਰੀ ਟੀਮ ਵੱਲੋਂ ਇਹਨਾਂ ਨੂੰ ਸ਼ੁਭ ਇਸ਼ਾਵਾਂ ਅਤੇ ਦੁਆਵਾਂ ਨੇ ਕਿ ਇਹਨਾਂ ਦਾ ਕਾਰਜ ਚਾਹੀਂ ਚਾਹੀਂ ਖੁਸ਼ੀ ਖੁਸ਼ੀ ਪੂਰਾ ਹੋਵੇ। ਔਰ ਇਹ ਇਹਨਾਂ ਦੀ ਪਹਿਲੀ ਫਸਟ ਫਰੋਮ ਮੈਨੀ ਜਰਨੀਜ਼ ਅਮਰੀਕਾ ਹੋਣ। ਸੋ ਤੁਹਾਨੂੰ ਅਸੀਂ ਤੁਹਾਡਾ ਧੰਨਵਾਦ ਕਰਦੇ ਹੋਏ ਜੀ, ਮੇਰੇ ਵੱਲੋਂ ਸਾਰੀ ਟੀਮ ਨੂੰ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਸਨਮੁੱਖ ਹੋਣ ਦਾ ਮੌਕਾ ਦਿੱਤਾ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਜਾਂਦਿਆਂ ਜਾਂਦਿਆਂ ਜੀ, ਮਾਈ TV ਵੱਲੋਂ ਇੱਕ ਫਿਰ ਉਪਰਾਲਾ ਕਿ ਆਪਾਂ ਆਪਣਾ ਐਪ ਜਿਹੜਾ ਉਹ ਲਾਂਚ ਕਰ ਦਿੱਤਾ, ਬੋਥ ਫੋਰ TV ਐਂਡ ਰੇਡੀਓ। ਦੇਰ ਇਜ਼ ਓਨਲੀ ਵਨ ਐਪ, ਤੁਸੀਂ ਜਾ ਸਕਦੇ ਹੋ MyTV/Radio ਐਪ ਡਾਊਨਲੋਡ ਕਰ ਸਕਦੇ ਹੋ, ਇਟਸ ਫਰੀ। ਅਗਰ ਤੁਸੀਂ ਮਿਊਜ਼ਿਕ ਚਾਹੁੰਦੇ ਹੋ ਮਿਊਜ਼ਿਕ ਲਿਸਨ ਕਰ ਸਕਦੇ ਹੋ, ਸ਼ੋਜ਼ ਦੇਖਣੇ ਤੁਸੀਂ ਸ਼ੋਜ਼ ਕਰ ਸਕਦੇ ਹੋ। ਇੱਕ ਸਾਲ ਦੇ ਵਿੱਚ ਕਾਫੀ ਉਪਰਾਲਾ ਅਤੇ ਹਮਲਾ ਮਾਰੀਆਂ ਨੇ MyTV ਨੇ, ਇੱਥੋਂ ਇਸ ਸਟੂਡੀਓ ਤੋਂ ਚੱਲ ਕੇ ਤੁਹਾਡੇ ਦਿਲਾਂ 'ਚ ਜਾ ਕੇ ਆਪਣੀ ਥਾਂ ਵਸਾਈ ਹੈ। ਤੁਹਾਡਾ ਪਿਆਰ ਵਾਪਸ ਸਾਨੂੰ ਮਿਲਿਆ, ਉਮੀਦ ਕਰਦਾ ਕਿ ਰਿਸ਼ਤਾ ਇਸੇ ਤਰ੍ਹਾਂ ਪ੍ਰਫੁੱਲਤ ਹੁੰਦਾ ਰਹੇਗਾ, ਵੱਧਦਾ ਰਹੇਗਾ, ਇਹਦੇ 'ਚ ਪਿਆਰ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆਏਗਾ। ਸੋ ਤੁਹਾਡਾ ਸਾਰਿਆਂ ਦਾ ਰਿਣੀ ਹੈ, ਮੈਂ, ਮੇਰੀ ਪੂਰੀ ਟੀਮ। ਆਈ ਲਾਈਕ ਟੂ ਥੈਂਕ ਦ ਹੋਲ ਟੈਕਨੀਕਲ ਸਟਾਫ ਫੋਰ ਬੀਂਗ ਰਾਈਟ ਦੇਅਰ ਵੀ ਨੀਡਿਡ ਦੈਮ ਫੋਰ ਬੀਂਗ ਸਪੋਰਟਿਵ। ਸੋ ਇਸੇ ਤਰ੍ਹਾਂ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ ਜੀ ਹਰ ਸੈਟਰਡੇ ਠੀਕ 5 ਵਜੇ ਡਿਸਨੇ ਵਿਦ ਪੌਲ ਬਾਟ, ਔਰ ਠੀਕ 6 ਵਜੇ ਜਸਟ ਚੈਲ ਵਿਦ ਮਿਸਟਰ ਐਂਡ ਮਿਸਿਸ ਗਿੱਲ, ਕੁਲਦੀਪ ਐਂਡ ਮੋਨੀ ਗਿੱਲ। ਖੁਦਾ ਹਾਫਿਜ਼, ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਨਾਈਟ ਜੀ।